ਸਿਰਫ 20 ਨਵੇਂ ਜੌਨ ਡੀਅਰ ਵਰਗਾ ਉਹਨੇ ਕਹਿਤਾ ਹੁਣ ਤਾਂ ਗੱਗੂ ਨੇ ਵੀ ਲਾਉਣੀਆਂ ਇਹ ਸ਼ਾਬਾਸ਼ 2 ਬਾਹਰ ਕੱਢ ਦੇ ਗੁੱਟ ਮਾੜਾ ਜਿਹਾ ਨੇੜੇ ਕਰ ਲਾ ਮਾਹਾਂ ਹੋਰ ਨੇੜੇ ਕਰ ਲਾ ਹੋਰ ਨੇੜੇ ਕਰ ਲਾ ਨਾ ਪਿੱਛੇ ਨੂੰ ਰੱਖ ਮੜ ਗਏ ਚੱਲ ਪੂਰੀ ਤਾਂ ਚੱਕਿਆ ਕਰ ਪੁੱਠੇ ਮੁੜ ਕੇ ਹਾਂ ਪੁੱਠੇ ਤਾਂ ਕਰ ਲਾ ਚੰਗਾ ਬਾਈ ਛੋਟੇ ਕੋਚ ਚੰਗਾ ਬਾਈ ਮਿਲਦੇ ਛੋਟੇ ਬ੍ਰੇਕ ਤੋਂ ਬਾਅਦ ਕਿੰਨਾ ਸਮਾਂ ਹੋ ਗਿਆ 6:30 ਹੋ ਗਏ ਵਾਹਿਗੁਰੂ ਹਾਂ 6:30 ਵਜੇ ਦਾ ਸਮਾਂ ਤੇ ਨੌਜਵਾਨਾਂ ਨੇ ਕੱਢ ਲਈ ਤੁੱਕੀ ਉਹਨੂੰ ਮਾਰ ਲਾ ਬੋਲ ਉਹਨੂੰ ਕਹਿੰਦੇ ਬਹੁਤ ਆ ਉਹ ਚਾ ਚਾ ਚ ਬਾਲੀਆਂ ਲਾ ਦਿੰਦਾ ਯਾਰ ਗੱਲ ਕਰੇ ਜਾ ਕੇ ਮਾਤਾ ਨੂੰ ਕਹਿੰਦਾ ਮੇਰੇ ਤਾਂ ਲੱਤਾਂ ਬਾਹਾਂ ਸਾਰਾ ਕੁਛ ਹੀ ਦੁਖੀ ਜਾਂਦਾ ਕਹਿੰਦਾ ਮੈਂ ਪੁੱਛਿਆ ਮੈਨੂੰ ਕਹਿੰਦਾ ਨਾ ਨਾ ਮੈਨੂੰ ਤਾਂ ਕੁਛ ਵੀ ਨਹੀਂ ਹੋਇਆ ਹਾਂ ਤੇ ਮਾਤਾ ਆ ਕੇ ਬਈ ਮਾਰਚ ਕਰ ਦਿੰਦੇ ਆ ਉਹ ਵੀਡੀਓ ਬਣਾਉਣ ਨੂੰ ਖੜ ਗਿਆ ਹੁਣ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਆਪਣੇ ਅੱਜ ਦੇ ਨਵੇਂ ਵਲੌਗ 'ਚ ਹਨਾ ਤੂੰ ਵੀ ਕਰਦੇ ਇੱਧਰ ਜਾ ਕੇ ਤਾਜ ਵਾਂਗੂ ਧੋਣ ਮੋੜਦੇ ਫੜ ਕੇ ਅਤੇ ਜੀ ਆਇਆਂ ਨੂੰ ਆਖਦੇ ਬਾਈ ਸਾਰਿਆਂ ਨੂੰ ਅੱਜ 6/81/2024 12/20/24 ਅਤੇ ਸਮਾਂ 6:30 ਵਜੇ ਦਾ ਹੋਇਆ ਅਤੇ ਦਿਨ ਸ਼ਨੀਵਾਰ ਦਾ ਬਹੁਤਿਆਂ ਦਾ ਲੈਗ ਡੇ ਹੁੰਦਾ ਅੱਜ ਜਿਹੜੇ ਆਏ ਨਹੀਂ ਇਹ ਤਾਂ ਆ ਗਿਆ ਚੁੱਬਰ ਇਹਨੇ ਲਾ ਲਈ ਸੀ ਲੈਗ ਡੇ ਅਤੇ ਆਪਾਂ ਪਰਸੋਂ ਲਾਇਆ ਸੀਗਾ ਲੱਤਾਂ ਵਾਲਾ ਵਰਕਆਊਟ ਅਤੇ ਖੈਰ ਆ ਰਿਹਾ ਨਜ਼ਾਰਾ ਹਾਂ ਉਹਨੂੰ ਮਾਰਨਾ ਬੋਲ ਯਾਰ ਕਿੱਥੇ ਆ ਉਹਦੀ ਵੀਡੀਓ ਬਣਾਇਆ ਯਾਰ ਇੱਕ ਉਹਨਾਂ ਚਿਰ ਉਹ ਤੁਰਨਾ ਨਹੀਂ ਗਾ ਚੰਗਾ ਨੰਗਲਾ ਕੱਢ ਦਿਓ ਤੁੱਕੀ ਆ ਜਾਓ ਭਾਈ ਸਾਹਿਬ ਮੋਤੀਆਂ ਵਾਲਿਓ ਹਜੇ ਅਸਲੀ ਵਰਕਆਊਟ ਤਾਂ ਸ਼ੁਰੂ ਨਹੀਂ ਹੋਇਆ ਗੱਗੂ ਇਹ ਤਾਂ ਤੈਨੂੰ ਰੂੰਕ ਹੀ ਆ ਜਿਹੜਾ ਹੁਣ ਆਹ ਰਲਮਾ ਬਿਲਮਾ ਜਿਹਾ ਲਵਾਈ ਜਾਂਦੇ ਆ ਅਤੇ ਖੈਰ ਸ਼ੁਰੂ 'ਚ ਬਾਈ ਨਵੇਂ ਬੰਦੇ ਨੂੰ ਕੀ ਕਰਦੇ ਹੁੰਦੇ ਹੈਗੇ ਐਕਸਰਸਾਈਜ਼ਾਂ ਮਿਕਸ ਲਵਾਉਂਦੇ ਹੁੰਦੇ ਹੈਗੇ ਕੋਈ ਮਾੜੀ ਮੋਟੀ ਕੋਈ ਹੋਰ ਲਵਾ ਦਿੱਤੀ ਕਦੇ ਹੋਰ ਲਵਾ ਦਿੱਤੀ ਤਕੜੇ ਮਾਤਾ ਠੀਕ ਹੈ ਜੀ ਅਤੇ ਹਜੇ ਇਹਦਾ ਕੰਮ ਕਾਰ ਸਟਾਰਟ ਹੋਊਗਾ ਅਸਲੀ ਵਰਕਆਊਟ ਸੋਮਵਾਰ ਤੋਂ ਬਾਅਦ ਨੌਜਵਾਨ ਨੂੰ ਪੁੱਛਾਂਗੇ ਕੀ ਹਾਲ ਆ ਸੁਣਾ ਵੈਰੀ ਆ ਅੱਜ ਕਿਵੇਂ ਲੱਤਾਂ ਵਾਹਾਂ ਠੀਕ ਆ ਅੱਜ ਨਹੀਂ ਦਰਦ ਕਰਦੀਆਂ ਨਹੀਂ ਚੱਲ ਕੋਈ ਗੱਲ ਨਹੀਂ ਮਾੜੀਆਂ ਮੋਟੀਆਂ ਕਰਨਗੀਆਂ ਅਤੇ ਆਹ ਨਵਾਂ ਨੌਜਵਾਨ ਭਰਤੀ ਕਰਿਆ ਨਵੀ ਬੁਲਾ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਰੇ ਮੂੰਹ ਕਰ ਲੈ ਲੈ ਤੂੰ ਬੁਲਾ ਦੇ ਯਾਰ ਗੱਗੂ ਹੁਣ ਤੇਰੀ ਵਾਰੀ ਆ ਬੁਲਾ ਦੇ ਉਹਨਾਂ ਚਿਰ ਮੈਂ ਕੈਮਰਾ ਥੋੜ੍ਹੀ ਘੱਟ ਦਾਂਗਾ ਬੁਲਾ ਦੇ ਯਾਰ ਐਂ ਕਾਹਤੋਂ ਕਰਦਾ ਯਾਰ ਆੜੀ ਫੜ ਲਈ ਯਾਰ ਤੂੰ ਤਾਂ
ਚੱਲ ਇਹਦੇ ਵੱਲੋਂ ਬਾਈ ਸਤਿ ਸ਼੍ਰੀ ਅਕਾਲ, ਮੈਂ ਬੁਲਾ ਦਿੰਦਾ ਗਾ। ਅਤੇ ਖੈਰ ਧੰਨਵਾਦ ਬਾਈ, ਵੀਡੀਓ 'ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ। ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਹਾਂ ਸਾਂਝੀ ਤੁਹਾਡੇ ਨਾਲ, ਜਿਹੜੀ ਘਰ ਪਰਿਵਾਰ 'ਚ ਬੈਠ ਕੇ ਵੇਖ ਸਕਦੇ ਹੋ, ਸੁਣ ਸਕਦੇ ਹੋ। ਅਤੇ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ, ਫੇਸਬੁੱਕ 'ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਦਿਓ। ਅਤੇ ਦੋਨੇ ਗੁਰੂ ਘਰਾਂ 'ਚੋਂ ਬਾਬਿਆਂ ਦੀ ਆਵਾਜ਼ ਪੈਂਦੀ ਹੋਈ ਕੰਨਾਂ 'ਚ, ਸਤਨਾਮ ਵਾਹਿਗੁਰੂ। ਵਾਹਿਗੁਰੂ ਤਾਂ ਕਹਿੰਦੇ ਵਾਹਿਗੁਰੂ ਜੀ, ਠੀਕ ਆ। ਅਤੇ ਚੱਲਦੇ ਹਾਂ ਘਰੇ, ਅਤੇ ਅਗਲੇ ਦਿਨ ਦਾ ਮਾਹੌਲ ਚਾਲ ਵੇਖਦੇ ਹਾਂ ਕੀ ਬਣਦਾ ਜੁੜਦਾ ਜੀ। ਕਿਆ ਹੋ ਗਿਆ ਲਟਕੀ ਅੱਜ, ਹੈਂ ਕੀ ਹੋਇਆ ਪੁੱਤ, ਰੁੱਸਿਆ ਕਾਹਤੋਂ ਫਿਰਦਾ ਅੱਜ ਤਾਂ ਚੱਕੀ, ਤੂੰ ਆਪੀ ਵਾਹੀ ਓਏ ਕਦੇ ਆਪੇ ਜੜੂ। ਸਹੀ ਨੂੰ ਕੀ ਹੋਇਆ ਤਾਂ ਜੋ, ਸਹੀ ਨੂੰ ਕੀ ਹੋਇਆ ਦੱਸ, ਮੈਨੂੰ ਇੱਥੇ ਪਾਇਆ ਸੀ, ਤੂੰ ਲੜਿਆ ਤਾਂ ਨਹੀਂ, ਇੱਥੇ ਪਾਇਆ ਸੀ, ਦੇਖੀ ਇੱਥੇ ਪਾਇਆ ਸੀ, ਮੈਂ ਨਹੀਂ ਪਾਇਆ ਹੱਥ ਕੱਲ। ਤੁਸੀਂ ਦੋਨੇ ਜਣੇ ਸਤਿ ਸ਼੍ਰੀ ਅਕਾਲ ਬੁਲਾਓ ਸਾਰੇ ਜਣਿਆਂ ਨੂੰ, ਸਤਿ ਸ਼੍ਰੀ ਅਕਾਲ ਵੀਰੇ, ਕਰਦੇ ਸਤਿ ਸ਼੍ਰੀ ਅਕਾਲ ਕਰਦੇ। ਇੱਧਰ ਬੁੱਧੂ, ਇੱਧਰ ਦੇਖ, ਸਹੀ ਆਉਂਦੀ ਆ, ਉਹ ਤਾਂ ਰੁੱਸ ਰਹੀ ਆ, ਤਾਜ ਨਾਲ ਰੁੱਸੀ ਹੋਈ ਆ, ਕਹਿੰਦੀ ਸਤਿ ਸ਼੍ਰੀ ਅਕਾਲ ਨਹੀਂ ਬੁਲਾਈ ਤਾਜ ਨੇ, ਬੁਲਾ ਦੇ ਸਤਿ ਸ਼੍ਰੀ ਅਕਾਲ ਕਹਿੰਦੇ ਸੂਰਜ ਨੂੰ, ਸਤਿ ਸ਼੍ਰੀ ਅਕਾਲ ਬੁਲਾ ਦੇ ਸੂਰਜ ਨੂੰ, ਦੇਖੀ ਦੇਖੀ ਸੂਰਜ ਕਿੰਨਾ ਵੱਡਾ ਹੋ ਗਿਆ, ਉਹ ਦੇਖ ਮੂਡ ਨਹੀਂ ਆਇਆ ਕਿਤੇ, ਧੁੱਪ ਪਈ ਜਾਂਦੀ ਆ ਉੱਥੋਂ ਦਾ, ਧੁੱਪ ਪਈ ਜਾਂਦੀ ਉੱਥੋਂ ਦਾ, ਪਹਿਲਾਂ ਲਗਾਉਣਾ ਹੀ ਨਾ ਦੇ ਮੇਰਾ ਜਿਹੜਾ ਉੱਥੇ ਪਾਇਆ ਸੀ ਆਪਾਂ, ਡਾਲਰਾਂ ਵਾਂਗੂ ਤੂੰ ਬਰਛੇ ਵੱਢੀਆਂ ਨੇ, ਬਰਛੇ ਵੱਢੇ ਨੇ ਲੱਥਾਂ ਤੇ ਜਾਕੂਆਂ ਨੇ ਰੰਗ ਦੇ ਨੇ ਖਾਣੇ ਆ, ਅਸੀਂ ਪੁੱਤ ਡਾਕੂਆਂ ਦੇ ਤੱਕ ਤੀਰਾ ਦਾ ਛੜਾਣਾ ਨਹੀਂ ਲੱਗਦਾ, ਡਾਲਰਾਂ ਵਾਂਗੂ ਲੱਤ ਨੂੰ ਕੀ ਹੋ ਗਿਆ ਤੇਰੇ, ਡਾਲਰਾਂ ਵਾਂਗੂ ਨੀ ਅੱਗੇ ਨਾਮ ਚੱਲਦਾ, ਚਲੋ ਫਿਰ ਸਕੂਲ ਜੇ ਨਾ ਚੱਲਦਾ ਤਾਂ ਸਹਿ ਆ ਜਾਓ ਪੁੱਤਰ, ਬੈਨ ਆਉਣ ਵਾਲੀ ਆ, ਕੀ ਹੋਇਆ ਸਹਿ ਜੀ, ਠੀਕ ਹੈ, ਅੱਛੀ ਲੜਕੀ, ਅੱਸੂ ਕਿਉਂ ਆਏ, ਤੂੰ ਅੱਸੀ ਇਹਨਾਂ ਦਾ ਹੱਸ ਕੇ ਜਾਏਗਾ, ਵੈਰੀ ਗੁੱਡ, ਰੋਜ਼ ਹੀ ਹੱਸ ਕੇ ਜਾਇਆ ਕਰ, ਅੱਠ ਵੱਜ ਕੇ 35 ਮਿੰਟਾਂ ਦਾ ਸਮਾਂ, ਟੋਕਾ ਟੱਲਾ ਕੁਤਰ ਕੇ ਰੱਖ ਲਿਆ ਦੁਪਹਿਰ ਨੂੰ ਪਾਉਣਾ ਜਿਹੜਾ, ਅਤੇ ਮੱਝਾਂ ਨੂੰ ਪਾਣੀ ਧਾਣੀ ਪਿਆ ਕੇ ਅੰਦਰ ਬੰਨਤਾ ਬਰਾਂਡੇ 'ਚ, ਅਤੇ ਪਰ ਇਹਨਾਂ ਦਾ ਮੂੰਹ ਸਾਰੀਆਂ ਦਾ ਇੱਧਰ ਆ ਕਿ ਹੁਣ ਹਰੇ ਦਾ ਟੋਕਰਾ ਚੱਕ ਕੇ ਲਿਆਊਗਾ ਸਾਨੂੰ ਪਾਊਗਾ ਅਤੇ ਅਸੀਂ ਖਾਵਾਂਗੇ। ਹਾਂ ਰੁਕੋ ਜ਼ਰਾ ਸਬਰ ਕਰੋ, ਹਲੇ ਇਹਨਾਂ ਨੂੰ ਹਰਾ ਨਹੀਂ ਪਾਉਂਦੇ, ਅਤੇ ਥੋੜ੍ਹੇ ਟਾਈਮ ਬਾਅਦ ਰੋਟੀ ਟੁੱਕ ਖਾ ਕੇ ਛੱਪੜ 'ਤੇ ਛੱਡ ਦਿੰਦੇ ਹਾਂ, ਅਤੇ ਉਦੋਂ ਇਹਨਾਂ ਨੂੰ ਆਉਂਦਿਆਂ ਨੂੰ ਕੋਈ ਬੱਠਲ ਬੱਠਲ ਹਰੇ ਦਾ ਪਾ ਕੇ ਰੱਖ ਦਿੰਦੇ ਹਾਂ, ਆ ਕੇ ਨਾਲੇ ਸੌਖਾ ਖੜ੍ਹ ਜਾਂਦੀਆਂ, ਨਾਲੇ ਖਾ ਕੇ ਫਿਰ ਆਰਾਮ ਨਾਲ ਬੈਠ ਜਾਂਦੀਆਂ ਨੇ, ਉਹਨੇ ਦਮ ਲੈ ਲਓ ਜੀ, ਹੁਣ ਤਾਂ ਖਾ ਕੇ ਹਟੂ ਪਹਿਲਾਂ ਵਾਲਾ ਨੀਰਾ। ਹਾਂ ਦਮ ਲੈ ਲਓ ਜੀ, ਅਤੇ ਉਹਨੇ ਪ੍ਰਸ਼ਾਦਾ ਪਾਣੀ ਛਕਦੇ ਹਾਂ, ਫਿਰ ਬਣ ਗਈ ਮਾਈ ਰੋਟੀ,
ਮੱਝਾਂ ਮੁੱਝਾਂ ਪਿਆ ਕੇ ਫਿਰ ਗੱਗੂ ਵਾਲੇ ਪਾਸੇ ਗੇੜਾ ਲਾ ਕੇ ਆਵਾਂਗੇ, ਗੱਗੂ ਦਾ ਹਾਲ ਪੁੱਛ ਕੇ ਆਵਾਂਗੇ, ਮਾਸੀ ਤੋਂ ਚਾਚੇ ਤੋਂ, ਆਪ ਤਾਂ ਦੱਸਦਾ ਨਹੀਂ ਮੰਮੀ, ਉਹ ਆਪ ਦਾ ਖੂਨਾ ਨਾ ਕੁਛ ਵੀ ਨਹੀਂ ਦੁਖਦਾ, ਦੁਖਦਾ ਸਾਰਿਆਂ ਦੀ ਹੁੰਦਾ ਸਰੀਰ ਮੰਮੀ, ਉਹ ਪਤਾ ਲੱਗਦਾ ਹੁੰਦਾ। ਫਿਰ ਹੁਣ ਆਉਣਾ ਹੀ ਹੈਗਾ। ਸਤਿ ਸ੍ਰੀ ਅਕਾਲ ਬੇਟਾ, ਤੁਹਾਨੂੰ ਸਾਰਿਆਂ ਜਿੰਨੇ ਚੈਨਲ 'ਤੇ ਜੁੜੇ ਹੋ ਧੰਨਵਾਦ ਤੁਹਾਡੇ ਵਾਲਾ ਵਾਲਾ। ਲਾਇਕ ਵੀ ਕਰਿਆ ਕਰੋ, ਸ਼ੇਅਰ ਵੀ ਕਰਿਆ ਕਰੋ ਜ਼ਰੂਰ, ਅਤੇ ਕਮੈਂਟ ਵੀ ਭੇਜਿਆ ਕਰੋ ਔਖੇ ਸੌਖੇ ਲਿਖ ਕੇ, ਅਤੇ ਜੇ ਫੇਸਬੁੱਕ 'ਤੇ ਦੇਖਦੇ ਫੋਲੋ ਵੀ ਕਰਿਓ, ਧੁਰ ਤੋਂ ਲੈ ਕੇ ਧੁਰ ਤੱਕ ਬਲੌਗ ਜ਼ਰੂਰ ਦੇਖਣਾ। ਧੰਨਵਾਦ ਧੰਨਵਾਦ ਮਾਤਾ ਜੀ। ਰੋਟੀ ਖਾ ਲਓ, ਚਟਣੀ ਤੇ ਮੱਖਣੀ ਲੱਸੀ, ਜੇ ਕਿਸੇ ਮੇਰੇ ਬੇਟੇ ਨੂੰ ਤੀਨ ਭੁੱਖ ਲੱਗਿਆ ਤਾਂ ਮੇਰੇ ਕੋਲ ਆ ਕੇ ਖਾ, ਆਉਂਦੇ ਜਾਂਦੇ ਛੱਕ ਜੋ ਰੋਟੀ ਮੱਚ ਗਈ। ਠੀਕ ਹੈ ਜੀ, ਛੱਕ ਲਈਏ ਪ੍ਰਸ਼ਾਦੇ, ਫਿਰ ਕੰਮ ਕਾਰ ਕਰਦੇ, ਅਤੇ ਗੱਗੂ ਦਾ ਹਾਲ ਚਾਲ ਜ਼ਰੂਰ ਪੁੱਛ ਕੇ ਆਵਾਂਗੇ ਦਿਨ 'ਚ। ਟੋਕਰੇ ਭਰੇ ਪਏ ਹਰਾਂ ਦੇ, ਹਰੇ ਦੇ, ਅਤੇ ਮੱਝਾਂ ਨੂੰ ਪਾ ਦੀ ਮੈਂ ਛੱਪੜ 'ਤੇ ਲੈ ਕੇ ਜਾਂਦਾ, ਛੱਡਦਾ ਮੰਮੀ ਮੈਂ, ਖਾ ਲਓ ਰੋਟੀ ਕੋਈ ਨਾ ਤੁਸੀਂ, ਚਲੋ ਵੀ ਆ ਗਏ ਬਸ 2 ਮਿੰਟਾਂ 'ਚ ਜੀ। ਹੈ ਲਾ ਲਈ ਟੱਕਰ ਜੀ ਆ ਕੇ ਮਿੱਟੀ ਢੇਰੀ 'ਤੇ, ਰੀਤੇ ਦਾ ਚਾਅ ਚੜ੍ਹਦਾ ਮੱਝਾਂ ਨੂੰ ਵੀ, ਇਹ ਕਈ ਦਿਨ ਹੋ ਗਏ ਮਨਪ੍ਰੀਤ ਉੱਤੇ ਕਿਸੇ ਦੇ ਗੁਆਂਢੀਆਂ ਦੇ ਮਿੱਟੀ ਪਵਾਉਂਦਾ ਸੀਗਾ ਨਿਵਾਂ 'ਚ, ਅਤੇ ਉਹਦੇ ਇੱਥੇ ਲਾਹ ਗਿਆ ਸੀਗਾ ਥੋੜ੍ਹੀ ਜੀ, ਇਹ ਕੰਮ ਆ ਜਾਂਦੀ ਹੈ ਕਿਸੇ ਵੇਲੇ ਕਿਵੇਲੇ। ਸਾਈਡ 'ਤੇ ਬਚ ਕੇ ਬਚ ਕੇ, ਕੀ ਹਾਲ ਹੈ ਜੀ? ਠੀਕ ਹੈ ਜੀ, ਠੀਕ ਹੈ। ਗੈਸ ਸਿਲੰਡਰ ਵਾਲੀ ਗੱਡੀ ਆ ਗਈ ਜੀ, ਸਮਾਂ ਹੋਇਆ ਇਸ ਵਕਤ 9 ਵਜੇ ਦਾ, ਅਤੇ ਪ੍ਰਸ਼ਾਦਾ ਪਾਣੀ ਖਾਣ ਸਾਰ ਅੱਜ ਪਹਿਲੀਆਂ 'ਚ ਮੱਝਾਂ ਛੱਡ ਲਈਆਂ ਛੱਪੜ 'ਤੇ, ਨਹੀਂ ਅੱਗੇ 10-10:30 ਵਜੇ ਛੱਡਦੇ ਨੇ ਰੋਜ਼ ਲੇਟ। ਅਤੇ ਪਿੰਦੂ ਮਿੱਤਰ ਨਾਲ ਫਿਰ ਅੱਜ ਸ਼ਹਿਰ ਸਰਦੂਲਗੜ੍ਹ ਗੇੜਾ ਲਾ ਕੇ ਆਉਣਾ, ਅਤੇ ਇੱਕ ਅੱਧਾ ਆਪਣਾ ਵੀ ਕੰਮ ਕਰ ਆਵਾਂਗੇ। ਚਲੋ ਚਲੋ ਅਤੇ ਤਾਂ ਕਰਕੇ ਪਹਿਲੀਆਂ 'ਚ ਹੀ ਲਿਆ ਇਹਨਾਂ ਨੂੰ ਛੱਪੜ 'ਤੇ। ਬਠਿੰਡਾ ਜੀ, ਬਠਿੰਡਾ ਸਿੱਧਾ ਬਠਿੰਡਾ ਸਰਦੂਲਗੜ੍ਹ ਤੋਂ। ਕਈ ਵੀਰ ਭਾਈ ਪਿੰਡ ਪੁੱਛਦੇ ਹੁੰਦੇ ਹੈਗੇ, ਕੋਈ ਨਵਾਂ ਵੀਰ ਜੁੜਿਆ ਹੁੰਦਾ, ਆਪਣਾ ਪਿੰਡ ਸੂਰਤੀਆ ਜ਼ਿਲ੍ਹਾ ਸਰਸਾ। ਹਾਂ ਬਹਿ ਜਾਓ, ਓਹੋ ਕੱਟਾ ਤਾਂ ਤੁਹਾਡਾ ਘਰ ਭੁੱਲਿਆ ਏ ਭਾਈ, ਬਹਿ ਜਾ ਕੋਈ ਨਾ, ਹੁਣ ਨਹਾ ਲਾ ਉਹਨੂੰ, ਲੈ ਲੈਣਾ ਦੇ ਦਾਂ ਵਾ। ਸਰਦੂਲਗੜ੍ਹ ਬਠਿੰਡਾ ਸਰਦੂਲਗੜ੍ਹ ਨਾ ਲਾ, ਹੁਣ ਤਾਂ ਬਸ ਆ ਤਾਂ ਗਏ, ਹੁਣ ਆਪਾਂ ਭੁੱਲ ਚੁੱਕੇ ਕੱਟਾ ਭਾਈ, ਯਾਦ ਹੀ ਨਹੀਂ ਆਇਆ ਮੈਨੂੰ, ਲੱਗਦਾ ਮੈਂ ਛੱਡ ਕੇ ਨਹੀਂ ਲਿਆਇਆ ਹੈਗਾ, ਉਹ ਵੀਡੀਓ ਦੇ ਚੱਕਰ 'ਚ ਬਸ ਫੋਨ ਜਿਹਾ ਕੱਢ ਰੱਖਿਆ ਸੀਗਾ ਮੈਂ। ਆ ਜਾਓ ਬਸ ਚੱਲਦੇ ਆਪਾਂ ਘਰੇ, ਅਤੇ ਹੁਣੇ ਹੁਣੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ, ਭਾਈ ਸਾਹਿਬ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੱਟਾ ਦਾ ਭਾਈ ਤੇਰਾ ਇੱਥੋਂ ਲਾਡੀ ਕੇ ਵਾਰ ਕੇ ਮੁੜ ਗਿਆ ਘਰ ਨੂੰ ਕਹਿੰਦਾ, ਅਤੇ ਮੈਂ ਵੀ ਕਿਹਾ ਛੱਡਿਆ ਤਾਂ ਸੀਗਾ, ਮੈਨੂੰ ਮੋਟਾ ਮੋਟਾ ਜਿਹਾ ਯਾਦ ਸੀਗਾ,
ਤੂੰ ਮਗਰ ਹੀ ਆਉਂਦਾ ਸੀਗੇ? ਚੱਲ ਉਹ ਕੰਡਮ ਜਿਹਾ ਹੋ ਰਿਹਾ ਵਿਚਾਰਾ ਥੋੜ੍ਹਾ ਜਿਹਾ। ਹਾਂਜੀ ਵਧੀਆ ਵਧੀਆ ਚੜ੍ਹਦੀ ਕਲਾ ਜਾ ਮਾਹੌਲ ਚੱਲ ਪਏ ਖੇਤ ਡਿਊਟੀ ਤੇ। ਚਲੋ ਵਧੀਆ ਸੋਹਣਾ ਦੁਪਹਿਰਾ ਲੰਘਦਾ ਖੇਤ। ਆ ਜਾਓ ਹੁਣ ਜੀ ਲਾ ਲਿਆ ਡੀ ਡੀ ਡੀ। ਆ ਜਾਓ ਆ ਜਾਓ ਆ ਜਾਓ ਡੀ ਡੀ ਡੀ। ਉੱਧਰ ਨੀ ਗਿਆ ਘਰੀ ਆ ਉਹ। ਆ ਜਾਓ ਫੋਟੋ ਲਾਈ ਆਪਣੀ ਉਹ ਸ਼ੀਸ਼ੇ 'ਚ ਉੱਧਰ ਵੇਖ ਹੈਲੋ ਕਰ ਠੀਕ ਹੈ। ਆ ਜਾਓ ਆ ਜਾਓ ਆ ਜਾਓ ਆ ਜਾਓ ਹਾਂ ਹਾਂ ਮੈਨੂੰ ਤੁਰਨ ਦੇ ਫਿਰ ਤੁਰਨਗੇ ਹੈ ਨਾ। ਕੀ ਹਾਲ ਹੈ ਜੱਗਾ ਸਿੰਘ ਜੀ? ਆ ਜਾਓ ਘਰੇ ਆ ਘਰੇ ਘਰੇ ਚੱਲ। ਉਹ ਹਾਂ ਵੀ ਹੈਲੋ ਕਿੱਧਰ ਚੱਲ ਪਏ ਗਸ਼ਤ ਤੇ ਮਾਮਾ ਭਾਣਜਾ? ਉਧਰ ਹੋਣਾ ਕੋਈ ਸਤਿ ਸ੍ਰੀ ਅਕਾਲ ਲਾਜੀ ਰੋਡ ਤੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ। ਹੈਲੋ ਹਾਏ ਹੈਲੋ ਮਾਈ ਕਰਦੇ ਪਤਾ ਮਾਈ ਅਸੀਂ ਖੇਡੀ ਜਾਂਦੇ ਹੈਲੋ ਕਰ ਉਹ ਬੱਲੇ ਇੱਧਰ ਵੀ ਬਾਈ ਕਰਦੇ ਬਾਈ ਕਰਦੇ ਹੋਰ ਠੀਕ ਹੈ? ਹਾਂ ਵਧੀਆ ਹੋਰ ਕਿਵੇਂ ਆ ਕੰਮ ਕਰ? ਬਸ ਵਧੀਆ ਓਕੇ ਵੀਰ ਬੇਲਾ ਹਨ ਇਹ ਬਾਲਾ ਕਰੀ ਜਾਂਦਾ ਜੀ ਮੈਂ ਇਹਨੂੰ ਜਿਹੜਾ ਦਵਾ ਕੇ ਲਿਆਉਣਾ ਮੋਟਰਸਾਈਕਲ ਤੇ ਕਹਿੰਦਾ ਉੱਤੇ ਹੀ ਜਾਵਾਂਗੇ ਸਾਈਕਲ ਤੇ ਜਾਵਾਂਗੇ। ਠੀਕ ਹੈ ਮਿੱਤਰਾ ਬਾਏ ਆ ਕੱਟਾ ਮੱਝ ਵੇਚ ਲੋ ਕੱਟਾ ਮੱਝ ਵੇਚਣਾ ਮਾਈ ਕੱਟਾ ਮਹਿੰਗਾ ਵਿਕੂ ਇਹ ਉਹ ਤੂੰ ਭੋਲੂਆ ਯਾਰ ਆਹ ਚੂ ਮੁੜਿਆ ਇਹਦਾ ਮੁੜਿਆ ਤੋਤੀ ਕੇ ਘਰ ਕੋਲੋਂ ਮੈਨੂੰ ਉਹਨੂੰ ਗੁਰਪ੍ਰੀਤ ਨੇ ਦੱਸਿਆ ਸੀਗਾ ਉਹ ਮੈਂ ਤਾਂ ਧਿਆਨ ਹੀ ਨਹੀਂ ਕਰਿਆ ਮੈਂ ਛੱਡ ਕੇ ਤਾਂ ਲਿਆਇਆ ਸੀਗਾ ਇਹਦਾ ਸ਼ੱਕ ਵੀ ਗਈ ਹਰਾ ਦਾ ਗਈ ਮਤਾ ਹਰਾ ਸ਼ੱਕ ਵੀ ਚੱਲ ਕੋਈ ਨਾ ਵਧਗਾ ਉੱਥੇ ਵੀ ਇਹ ਕੀ ਕਰਦਾ ਤੁਰ ਫਿਰ ਕੇ ਆਉਂਦਾ ਚੱਲ ਉੱਧਰ ਬਾਈ ਮੱਝਾਂ ਬੰਨ ਕੇ ਕਿੱਲਿਆਂ ਤੇ ਗੱਗੂ ਵਾਲੇ ਪਾਸੇ ਆ ਗਿਆ ਗੇੜਾ ਮਾਰਨਾ ਉਹ ਪਿਆ ਨੌਜਵਾਨ ਚਿੱਤ ਕਰਿਆ ਜਾਵਾਂ ਮੱਝੇ ਤੇ ਜਾਂਦਾ ਨੀ ਜਿੰਮ ਲਾਉਣਾ ਤਕੜਾ ਚੱਪਲਾਂ ਲਾਉਣ ਦਾ ਵੀ ਨੀ ਉਹ ਹਿੰਮਤ ਮਿਲੀ ਨਹਾ ਕੇ ਤੂੰ ਦੱਸ ਕੀ ਸੋਣਾ ਤਾਂ ਹੀ ਸੋ ਜਾ ਨਹਾ ਕੇ ਤਾਂ ਨੀਂਦ ਰਲ ਜਾਂਦੀ ਆ ਬੂਟ ਲਿਆਉਣਾ ਜਮਾ ਪਹਿਲੇ ਜਾ ਕੇ ਹੁਣ ਮਾਸੀ ਦੱਸ ਮਾਸੀ ਸਹੀ ਸੱਚ ਸੱਚ ਦੱਸੇ ਵੀ ਕਿਵੇਂ ਹਾਲ ਗੱਗੂ ਦਾ ਤਕੜਾ ਗਾ ਨਾਲੇ ਹਜੇ ਦੋ ਚਾਰ ਦਿਨਾਂ ਨੂੰ ਕੰਮ ਵੱਧ ਕਰਿਆ ਕਰੂ ਹੁਣ ਤਾਂ ਕਿਰਾਂ ਤਾਂ ਹਜੇ ਥੱਕੂਗਾ ਥੋੜੇ ਦਿਨ ਕਿਰਾਂ ਤਾਂ ਅਸੀਂ ਡਿੱਗਿਆ ਕਰੂਗਾ ਬੂਟ ਲੈਣੇ ਮੈਂ ਰੇਲ ਗੱਡੀ ਦੇ ਕੰਨ ਮੂੰਹ ਡਿੱਗਿਆ ਕਰੂ ਕਿਰਾਂ ਦਾ ਮੈਸਾਂ ਪਿਆਤੀਆਂ ਨਮਾਤੀਆਂ ਹਾਂ ਬੂਟ ਲੈਣੇ ਗੂਟ ਪਾ ਕੇ ਕਿੱਥੇ ਜਾਣਾ ਉਹ ਦੂਜੇ ਚੱਕਦੇ ਹੋ ਯਾਰ ਤਿਲਕਣ ਨੂੰ ਦੱਸ ਦੋ ਮੈਰਾਥਨ ਲਾਉਣੀ ਆ ਪੈਰ ਨਿਕਲਦੇ ਆ ਕਿੱਥੇ ਨਿਕਲਦੇ ਪੈਰ ਉਹ ਜੋ ਭਾਈ ਦਿਨ ਜੋ ਆਪਰੇਸ਼ਨ ਸੀ ਉਹ ਪੈਰ ਨਿਕਲਦੇ ਤਾਂ ਆਪਾਂ ਗਰਾਊਂਡ 'ਚ ਭੱਜਿਆ ਕਰਾਂਗੇ ਸੋਮਵਾਰ ਤੋਂ ਬਸ ਕੱਲ੍ਹ ਤੋਂ ਤੇ ਫਿਰ ਗੂਟ ਤਾਂ ਲੈ ਪਰਸੋਂ ਆ ਸੋਮਵਾਰ ਹੈ ਗੂਟ ਨਹੀਂ ਉਹ ਨਿਕਲਦੇ ਨੇ ਕੋਈ ਨਹੀਂ ਨਿਕਲਦੇ ਪੈਰਾਂ ਜੋ ਫਿੱਤੇ ਉਹਦੇ ਕੱਸ ਕੇ ਬੰਨ ਲਈ ਫਿੱਤੇ ਹੈ ਦੂਜੇ ਨੇ ਉਹ ਹਾਂ ਹੈ ਮਾਸੀ ਕੀ ਕਹਿੰਦਾ ਲੱਤਾਂ ਬਾਹਾਂ ਲੱਤਾਂ ਬਾਹਾਂ ਦਾ ਹੁਣ ਤਾਂ ਕਹਿੰਦਾ ਠੀਕ ਨੇ ਕੱਲ ਤੱਕ ਇਹ ਤਾਂ ਦਰਦ ਹੁੰਦਾ ਇਹ ਤਾਂ ਦਰਦ ਹੁੰਦਾ
ਹਲੇ ਅਸਲੀ ਜਿੰਮ ਤਾਂ ਸ਼ੁਰੂ ਹੋਊਗੀ ਜੀ, ਹਜੇ ਤਾਂ ਰੂੰਗਾ ਜੀ ਆ ਵੀ ਕਦੇ ਮਾੜੇ ਜੇ ਕੋਈ ਡੋਲੇ ਵਾਲੀ ਲਵਾਤੀ, ਮੋਢੇ ਵਾਲੀ ਲਵਾਤੀ, ਕੋਈ ਟੂਈ ਵਾਲੀ ਲਵਾਤੀ, ਐਂ ਜੇ ਚੱਲੀ ਜਾਂਦਾ ਕੰਮ ਹਲੇ ਤਾਂ। ਇੰਨੀ ਨੀਂਦ ਲਾ ਲਈ ਤੇ ਉੱਠ ਕੱਢ ਹੁਣ ਲੈ ਨੀਰਾ ਤਾਂ ਮੈਂ ਵੀ ਪਾ ਲੂੰ, ਕਹਿੰਦਾ ਬਸ ਪਾ ਦੂੰਗਾ ਨੀਰਾ ਤੂੜੀ ਪਾ ਦੀ ਤਾਂ। ਮੈਂ ਕਿਹਾ ਨੀਰਾ ਤਾਂ ਫਿਰ ਲਾ ਤਾ, ਨਹੀਂ ਪਤਾ ਲੱਗਾ ਸੁੱਤਾ ਪਿਆ। ਸ਼ਾਬਾਸ਼, ਚਲੋ ਚਾਚੇ ਕੋਲੇ ਮਾਰ ਲਈ ਗੇੜਾ ਇੱਧਰ। ਹੋਰ ਚਾਚੇ ਤੂੰ ਤਾਂ ਕੀ ਪ੍ਰੋਗਰਾਮ ਚੱਲੀ ਜਾਂਦਾ? ਓਏ ਆ ਬਾਬੇ ਦੇ ਬਲੌਗ ਨੂੰ ਦੇਖ ਰਿਹਾ ਮੈਂ, ਬੰਦਾ ਸੁਣ ਰਿਹਾ ਮੈਂ। ਵਧੀਆ ਗੱਲਾਂ ਨੇ ਗੱਗੂ, ਚੁੱਪ ਕਰੀ। ਠੀਕ ਆ, ਚਲੋ ਗੱਲਾਂ ਬਾਤਾਂ ਸਾਰਿਆਂ ਦੀਆਂ ਸੁਣਨੀਆਂ ਚਾਹੀਦੀਆਂ। ਨੌਜਵਾਨ ਤਕੜਾ ਆਪਣਾ ਗੱਗੂ, ਗੱਗੂ ਕੱਲ ਤਾਂ ਬੀਤੀ ਆ ਦੋ ਬਾਲਟੀਆਂ ਪਿੱਛੇ। ਕੀ ਕਹਿੰਦਾ? ਮੈਂ ਤੇ ਬਾਹਾਂ ਰੁਕ ਗਈ ਨਹੀਂ, ਬਾਹਾਂ ਰੁਕ ਗਈਆਂ ਕਹਿੰਦਾ। ਹਜੇ ਤੇਰੀ ਬਾਹਾਂ ਤੋੜੋ ਨੀ ਅੜੀਆਂ, ਤੇ ਜਦੋਂ ਮੈਂ ਦੁਬਾਰੇ ਗਿਆ ਉਧਰ ਬਾਰਕਨੀ ਘਰਾੜੇ ਇੱਥੇ ਸੁਣ ਵੜ, ਮੈਂ ਠਾਏ ਨੀ, ਮੈਂ ਠਾੜ ਹੁਣ ਇਹਨੂੰ ਆਪਦਾ ਕੰਮ ਆਪੇ ਕਰ ਲਾ। ਨੀਂਦ ਤਾਂ ਹੀ ਆਉਂਦੀ ਹੈ ਜਿੰਮ ਨਾਲ, ਉਦੋਂ ਤੁਸੀਂ ਮੈਨੂੰ ਕਹਿੰਦੇ ਹੁੰਦੇ ਸੀ ਜਦੋਂ ਮੈਂ ਲਾਉਣ ਲੱਗਾ। ਮੈਂ ਆਪਦਾ ਕੰਮ ਹੁਣ ਆਪੇ ਕਰ, ਮੈਂ ਠਾ ਵੀ ਨਾ ਸੁੱਤਾ ਪਿਆ ਅਤੇ ਪਾਪ ਹੁੰਦਾ ਕਹਿੰਦੇ ਠਾਏ ਦਾ। ਠੀਕ ਹੈ ਚਲੋ ਵਧੀਆ, ਜੋ ਇੱਥੇ ਜੇ ਗਿਆ ਮੈਂ ਘਰਾੜੇ ਫਰ ਫਰ। ਚਲੋ ਥੋੜ੍ਹੇ ਦਿਨਾਂ ਨੂੰ ਤਕੜਾ ਹੋ ਜੂਗਾ, ਹਜੇ ਤਾਂ ਰਲਵੀਂ ਮਿਲਵੀਂ ਜੀ ਐਕਸਰਸਾਈਜ਼ ਚੱਲੀ ਜਾਂਦੀ ਹੈ, ਫਿਰ ਇਕੱਲੇ ਇਕੱਲੇ ਮਾਸ਼ਾ ਲਈ ਲਾਉਣ ਲੱਗ ਗਏ, ਫਿਰ ਇਕੱਲੀ ਡੋਲੇ ਦੀ ਲਾ ਲਈ, ਕਦੇ ਇਕੱਲੀ ਛਾਤੀ ਦੀ ਲਾ ਲਈ। ਖਾਣਾ ਤਾਂ ਸਿੱਖਦਾ ਨਹੀਂ, ਖਾਣਾ ਨਹੀਂ ਸਿੱਖਦਾ, ਚਪੜਦਾ ਗਾ ਅਮਰੀਕੀ ਢੱਠਾ ਛੱਡਿਆ ਚੜਦਾ ਗਾ, ਖਾਣਾ ਨਹੀਂ ਸਿੱਖਦਾ ਮਾਸੀ ਕਹਿੰਦਾ। ਕੋਈ ਨਾ, ਉਹ ਕਈਆਂ ਨੂੰ ਆਦਤ ਹੁੰਦੀ ਹੈ, ਚਾਹੇ ਉਹ ਵੈਸੇ ਥੋੜ੍ਹਾ ਜਿਹਾ ਕਾਲਾ ਖਾਂਦਾ ਵੈਸੇ ਹੁੰਦਾ। ਠੀਕ ਆ ਨੌਜਵਾਨ ਆਪਣਾ, ਹੋਰ ਤਕੜੀ ਸਿਹਤ ਚਾਚਾ? ਵਧੀਆ ਵਧੀਆ, ਕੋਈ ਹੋ ਗਈ। ਚਲ ਤੇ ਕਿਵੇਂ ਆਪਣੇ ਪੈਰ ਪੂਰ ਤੋਰਾ ਫੇਰਾ? ਵਧੀਆ ਚਲੀ ਜਾਂਦੇ ਆ, ਦਵਾਈ ਲੈਂਦੇ ਹੁਣ ਉਹਦੀ? ਹਾਂ ਬਾਈ, ਇੱਥੇ ਪਿੱਛੇ ਤੂੰ ਇੱਕ ਦੋ ਬਾਈ ਦਾ ਉਹਦਾ ਨੰਬਰ ਪੁੱਛਦੇ ਸੀਗੇ, ਜੋਗੀ ਦਾ ਅਗਿਆਤ ਸੰਪਰਕ 98960-93-829 ਅਤੇ ਬਾਈ ਜੋਗੀ ਦਾ ਨੰਬਰ, ਜਿਹੜੇ ਵੀਰ ਇੱਕ ਦੋ ਪੁੱਛਦੇ ਸੀ ਅਤੇ ਕਰ ਲਿਓ ਬਾਈ ਨੋਟ। ਲਓ ਚਾਚਾ, ਅਤੇ ਕਦੋਂ ਦੀ ਬਾਲ ਔਲਾ ਤੀ ਤੇਰੀ ਬਾਹਰਲੇ ਪਾਸੇ? ਠੀਕ ਹੈ ਚੰਗਾ, ਹੁਣ ਮੈਂ ਮਾੜਾ ਜਿਹਾ ਸਰਦੂਲਗੜ੍ਹ ਜਾ ਕੇ ਆਉਣਾ, ਮੰਗਾਉਣਾ ਤਾਂ ਨਹੀਂ ਕੁਛ? ਹਾਂ ਉਹਨੂੰ ਕਿੱਧਰੋਂ ਸੁਣ ਗਿਆ ਸਰਦੂਲਗੜ੍ਹ ਜਾਂਦਾ ਗਾ, ਉਹਨੂੰ ਤਾਂ ਮੈਂ ਦੱਸਿਆ ਹੀ ਨਹੀਂ। ਇੱਥੇ ਪਏ ਨੇ ਦੇਸਾਂ ਦੇ ਜਿਹੜੇ ਪਿਸਤੇ ਜੀ ਸੀਗੇ, ਜਿਹੜੇ ਕੱਦੂ ਜੀ ਪਤਾ ਨੀ ਕੀ ਸੀ। ਹਾਂ ਉਹੀ ਸੀ, ਇਹਦਾ ਤੇਜ਼ੀ ਨਾਲ ਵੱਧ ਗਈ, ਕੱਲ ਦੀ ਡੂਢ ਇੰਚ ਵੱਧ ਗਈ। ਅੱਛਾ, ਕੱਲ ਕੱਦੂਆਂ ਨਾਲ ਉੱਤੇ ਹੁੰਦੀ ਹੈ, ਬੋਤਲ ਜੀ ਚਲਾਈ ਸੀ।
ਠੀਕ ਆ। ਇਹੋ ਜਿਹੇ ਚਾਚਾ ਐਕਸਪੈਰੀਮੈਂਟ ਬਹੁਤ ਕਰਦਾ ਰਹਿੰਦਾ ਬਈ, ਇਹ ਬੱਲਾਂ ਬੁੱਲਾਂ ਆਈਆਂ ਵਾਲੇ। ਅਤੇ ਪਰਲੇ ਪਾਸੇ ਸੋਹਣੀ ਬਾੜੀ ਲਾਈ ਹੋਈ ਸੀ, ਉੱਤੇ ਬਰਾਂਡਾ ਪਾਤਾ ਬਾਹਰ ਕੱਢ ਮਾਂ, ਅਤੇ ਤੂੜੀ ਵਾਲਾ ਬਣਾਤਾ ਸੀਗਾ, ਅਤੇ ਗੇਟ ਅੱਗੇ ਲੈ ਗਏ ਸੀ ਤਾਂ ਕਰਕੇ ਉੱਥੋਂ ਉਹ ਬਾੜੀ ਇੱਕ ਸਮਾਪਤੀ ਹੋ ਗਈ। ਚੰਗਾ ਚਾਚਾ, ਫਿਰ ਕਰਦੇ ਹਾਂ ਆਪਾਂ ਗੱਲਾਂ ਬਾਤਾਂ। ਜਾਣਾ ਮੰਮੀ ਉਹ ਆ ਜਾ ਗੁਰੂਆ, ਆ ਗਿਆ ਆ ਗਿਆ। ਹਾਂ, ਗਰਮੀ ਨੇ ਅੱਜ ਫਿਰ ਐਨ ਪੂਰੀ ਧੁੱਕੀ ਕੱਢੀ ਪਈ ਆ, ਮੌਸਮ ਥੋੜ੍ਹਾ ਜਿਹਾ ਬਦਲਵਾਂ ਆ ਰੋਜ਼ ਨਾਲੋਂ। ਅਤੇ ਨੌਜਵਾਨ ਚੱਲਿਆ ਸ਼ਹਿਰ ਮਹਿੰਗਾ ਕਰਨ, ਤੇਰੇ ਆਉਂਦੇ ਆਉਂਦੇ ਤਾਂ ਲੰਘ ਜੂੰਗਾ। ਲੈ ਆ ਪਾ ਪਹਿਲਾਂ ਤਾਂ ਝੋਲੇ 'ਚ। ਅਤੇ ਆਪਣੀ ਬਾਈ ਪੈਂਟ ਹੈਗੀ ਜੀਨ, ਇਹ 6-7 ਮਹੀਨੇ ਹੋ ਗਏ ਲਿਆਉਂਦੀ ਨੂੰ, ਇੱਕ ਵਾਰੀ ਵੀ ਨਹੀਂ ਪਾਈ ਹਾਲੇ ਤੱਕ, 1 ਇੰਚੀ ਕਟਾਉਣੀ ਯਾਰ ਬਾਈ ਇਹ। ਉਦੋਂ ਮੈਂ 41 ਕਰਾ ਲਿਆ ਸੀ, ਖੜਜਾ ਕੁਛ ਲੱਗਿਆ ਹੋਇਆ, 40 ਕਰਾਉਣੀ ਸੀਗੀ ਇਹ। ਪਹਿਲਾਂ ਵਾਲੀ 40 ਨਹੀਂ ਗਈਆਂ, 40 ਸਹੀ ਹੋਣੀਆਂ ਸੀ। ਹੋਰ ਲੋਟਾ ਤੂੰ ਤੁਸੀਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਮੈਂ ਮਿੱਤਰ ਪਿੰਦੂ ਵੱਲੋਂ, ਮੈਂ ਟੈਵਲ ਸਿੱਧੂ ਵੱਲੋਂ, ਅਤੇ ਇਹ ਸਾਡਾ ਆਈ ਡੀ ਵਾਲਾ ਨਾਂ, ਭਾਵੇਂ ਉਹ ਆਈ ਡੀ ਪਬਜੀ ਦੀ ਕਿਉਂ ਨਾ ਹੋਵੇ। ਅਤੇ ਪਿੰਦੂ ਪਬਜੀ ਵਾਲਾ ਵੱਜਦਾ ਸੀ ਉਹ ਪਹਿਲਾਂ ਪਿਛਲੇ ਜ਼ਮਾਨੇ 'ਚ, ਹੁਣ ਤਾਂ ਅਸੀਂ ਡਿਲੀਟ ਕਰੀਆਂ ਹੋਈਆਂ ਕਿਤੇ ਦੀਆਂ, ਹੈ ਨਾ। ਲੋਟ ਆ ਬਾਈ, ਮੌਸਮ ਬਾਰੇ ਖਿਆਲ ਕੁਛ ਕਰਮਾ, ਹੱਥ ਚੱਕੀ ਫਿਰਦਾ ਮੌਸਮ ਨਾ। ਮੇਰੇ ਉਹ ਦਿਲ ਤੇ ਲਿਖੀਆਂ ਜੋ ਵੀ ਤੂੰ ਗੱਲਾਂ ਕਰੀਆਂ। ਗਵਰਨਮੈਂਟ ਹਾਈ ਸਕੂਲ ਪਿੰਡ ਸੂਰਤੀਆ, ਜਦੋਂ ਤੂੰ ਫੋਨ ਕਰਿਆ ਸੀ ਉਦੋਂ ਤਾਂ ਮਿੱਤਰਾਂ ਮੈਂ ਨਹਾਤਾ ਵੀ ਨਹੀਂ ਸੀ, ਤਾਂ ਹੀ ਤੈਨੂੰ ਕਿਹਾ ਸੀ ਖੜ ਜਾ 5 ਮਿੰਟ। ਰੋਕ ਦੇ ਮਿੱਤਰ ਗਾਡੀ, ਅਤੇ ਇਸ ਨੌਜਵਾਨ ਦੇ ਆਧਾਰ ਕਾਰਡ 'ਤੇ ਨਵੇਂ ਫਿੰਗਰ ਪ੍ਰਿੰਟ ਲਵਾਉਣੇ ਆ, ਅਪਡੇਟ ਕਰਾਉਣਾ। ਕੱਲ੍ਹ ਵੀ ਆਏ ਸੀ ਕਹਿੰਦੇ ਫਿੰਗਰ ਪ੍ਰਿੰਟ ਵਾਲੇ ਨੌਜਵਾਨ ਹੈ ਨਹੀਂ ਸੀ, ਅਤੇ ਅੱਜ ਵੇਖਦੇ ਉਵੇਂ ਹੀ ਮੁੜਦੇ ਹਾਂ ਮੂੰਹ ਲਮਕਾ ਕੇ ਕਿ ਬਣਦੀ ਹੈ ਗੱਲਬਾਤ। ਅੱਖਾਂ ਖੋਲ ਸਮਾਰ ਕੇ, ਅੱਖਾਂ ਰੱਟ ਕੇ ਰੱਖ, ਨਵੀਆਂ ਉਂਗਲਾਂ ਲੱਗੀਆਂ, ਨਵੀਆਂ ਉਂਗਲਾਂ ਖੋਲ ਕੇ ਅੱਖਾਂ। ਵਧਾਈਆਂ ਭਾਈ ਤੇਰੇ ਨਵੇਂ ਆਧਾਰ ਕਾਰਡ ਦੀਆਂ, ਕਿੱਦੇ ਮਿਲ ਜੋ, ਕਿੰਨੇ ਦਿਨਾਂ ਨੂੰ ਮਿਲੂ ਪਹਿਲਾਂ ਦੱਸ? 4-5 ਦਿਨਾਂ ਨੂੰ ਘਰੇ ਆਊਗਾ, ਐਂ ਤਾਂ ਪੁੱਛ ਲਾ। ਸ਼ੁਕਰੀਆ ਬਰੋ, ਆ ਤੇਰੇ ਵਾਲਾ ਡੁੱਲੂ ਆ, ਕਰਤੀ ਭਾਈ ਸ਼ੇੜੀ ਹੋਣਾ ਨਾ 2 ਵਜੇ ਆਏਗਾ, ਬਹੁਤ ਟਾਈਮ ਪਾ ਲਿਆ।
12 ਵਜੇ 9 ਮਿੰਟ ਹੋਏ ਨੇ ਹਜੇ। ਕੀ ਕਰਨਾ ਤੇਰਾ ਬੜਾ ਮੰਜਾ ਨਿਕਲ ਗਿਆ ਯਾਰ। ਧਰ ਲਈ ਕੱਦੂ ਬਠਿੰਡੇ ਜਾਂਗਾ, ਜੇ ਕੱਦੂਆਂ ਦੀ ਸਬਜ਼ੀ ਬਣਾਏਗਾ ਫਿਰ ਆਊਂਗਾ। ਤੈਨੂੰ ਪਤਾ ਨਾ ਖਾਂਦਾ ਨੀ, ਬਣਾ ਬਣੂ ਨਾਲ ਹੀ ਕਿਤੇ ਚੰਗਾ ਉੱਡ ਜਾ। ਠੀਕ ਹੈ, ਹੈਲੋ, ਸਤਿ ਸ਼੍ਰੀ ਅਕਾਲ। ਕੌਣ ਬੁਲਾਊਗਾ? ਸਾਰਿਆਂ ਨੂੰ ਤੜਕੇ ਬੁਲਾ ਕੇ ਨਹੀਂ ਗਿਆ, ਕੀ ਹੋਇਆ ਸੀ ਪੁੱਤਰ ਅੱਜ? ਹੈਂ, ਪੇਪਰ ਜਾਂ ਪੇਪਰ ਜਾਂ ਵਧੀਆ ਹੋ ਗਿਆ? ਤੜਕੇ ਫਿਕਰ ਲੱਗ ਰਿਹਾ ਸੀ ਪੇਪਰ ਦਾ, ਹੈ ਨਾ? ਕਾਹਦਾ ਸੀਗਾ ਅੱਜ? ਪੰਜਾਬੀ? ਪੰਜਾਬੀ ਤੋਂ ਕਾਹਤੋਂ ਡਰਦਾ ਫਿਰ? ਪੰਜਾਬੀ ਤੋਂ ਕਾਹਤੋਂ ਡਰਦਾ? ਰੱਖ ਲਾ ਪਾਲੀ ਤੂੰ। ਸਮਾਂ ਹੋਇਆ ਇਸ ਵਕਤ 3:30 ਵਜੇ ਦਾ, ਮੱਝਾਂ ਨੂੰ ਦੁਪਹਿਰ ਵਾਲਾ ਨੀਰਾ ਚਾਰਾ ਪਾਇਆ ਹੁਣੇ, ਅਤੇ ਤੀਜੀ ਵਾਰ ਪੁਸ਼ਾਕ ਬਦਲ ਲਈ ਅੱਜ ਤੜਕੇ ਦੀ। ਪਹਿਲਾਂ ਜਿੰਮ 'ਚੋਂ ਆਏ ਉਦੋਂ ਭੇਜੇ ਹੋਏ ਕੱਪੜੇ ਲਾਹੇ, ਫਿਰ ਸਤਲੂਗੜ੍ਹ ਜਾ ਕੇ ਆਏ ਫਿਰ ਭੇਜੇ ਹੋਏ ਸੀਗੇ, ਅਤੇ ਭੇਜੇ ਹੋਏ ਤਾਂ ਖੈਰ ਨਹੀਂ ਸੀਗੇ, ਉਹ ਤਾਂ ਉਵੇਂ ਬਦਲ ਲਿਓ ਝੱਗੇ ਨਾਲ ਤੂੜੀ ਜੀ ਅੜ ਜਾਂਦੀ ਹੈਗੀ ਉਹਦੇ 'ਚ, ਅਤੇ ਫਿਰ ਹੁਣ ਇਹ ਆ ਪਾ ਲਿਆ। ਅਤੇ ਆਹ ਟੋਕਰੇ ਬਣਵਾਏ ਸੀ ਉਦੋਂ, ਤੂਤ ਵੱਢਣ 'ਚ ਵਾਹਵਾ ਲੇਟ ਹੋ ਗਏ ਸੀ, ਮਤਲਬ ਕਿੰਨੇ ਕੁ ਲੇਟ ਹੋ ਗਏ ਸੀਗੇ ਕਿ ਇੰਨੇ ਲੇਟ ਹੋ ਗਏ ਸੀ ਕਿ ਪੱਤੇ ਉੱਗ ਰਹੇ ਆਏ ਸੀਗੇ ਤੂਤ ਦੇ, ਵਾਹਵਾ ਸਾਰੇ ਮਤਲਬ ਫੁੱਟ ਪਿਆ ਸੀ ਤੂਤ ਦੁਬਾਰੇ। ਅਤੇ ਕਈ ਵੀਰ ਉਦੋਂ ਕਹਿੰਦੇ ਸੀ ਕਿ ਬਾਈ ਵਾਹਲਾ ਲੇਟ ਹੋ ਗਿਆ, ਹੁਣ ਟੋਕਰੇ ਨਹੀਂ ਬਣਦੇ। ਅਤੇ ਟੋਕਰੇ ਇਹ ਬਾਈ ਨੂੰ ਪਹਿਲਾਂ ਪੁੱਛ ਗਿਆ ਸੀਗਾ ਤੂਤ ਬਣਾ ਟੋਕਰੇ ਬਣਾਉਣ ਵਾਲੇ ਨੂੰ, ਅਤੇ ਉਹ ਕਹਿੰਦਾ ਬਣ ਜਾਣਗੇ, ਕਿੱਡੇ ਕਿੱਡੇ ਕੇ ਪੱਤੇ, ਮੈਂ ਹੈ ਵਾਹਵਾ ਵਾਹਵਾ ਹੋ ਗਏ ਪੱਤੇ, ਕਹਿੰਦਾ ਕੋਈ ਚੱਕਰ ਨਹੀਂ ਵੱਢ ਲਿਆ ਅਤੇ ਤੂਤ ਬਣ ਜੂਗਾ ਟੋਕਰੇ। ਅਤੇ ਉਦੋਂ 4-5 ਟੋਕਰੇ ਬਣ ਗਏ ਸੀ, ਗੱਗੂ ਲੈ ਗਿਆ ਸੀਗਾ ਕੁਛ ਵਿੱਚ, 2-3 ਆਪਣੇ ਆ ਪਏ ਹੈਗੇ, ਵਧੀਆ ਬਣ ਗਏ ਮੈਂ ਟੋਕਰੇ ਦਾ ਨਾ। ਠੀਕ ਹੈ ਜੀ, ਅਤੇ ਹੁਣ ਐਂ ਚੜੀ ਜਾਂਦੇ ਪੱਤੇ ਇਹਦੇ, ਅਤੇ ਹੁਣ ਲਾਈਟ ਆਉਣ ਵਾਲੀ ਹੈ, ਖੇਤ ਚੱਲਦੇ ਹਾਂ ਪਾਣੀ ਧਣੀ ਛੱਡਦੇ ਜਾ ਕੇ ਝੋਨੇ 'ਚ। ਓਏ ਹੈਲੋ, ਕਿੱਧਰ ਚੱਲਿਆ? ਉੱਥੇ ਹੀ ਕਰਨਾ ਮੈਂ ਪਾਣੀ ਛੱਡ ਕੇ ਆਉਣਾ ਤੁਹਾਡੇ, ਲਾ ਕੇ ਉਤਲਾ ਕਿੱਲਾ ਲਾ ਕੇ ਆਊਂ, ਲੇਟ ਆਊਂ ਮੈਂ, 6:30 ਹੋ ਜਾਣਗੇ, 2 ਘੰਟੇ ਪਾਣੀ ਪਾਉਣਾ ਉਹਦੇ 'ਚ, ਉਹ ਛੱਡ ਕੇ ਪਾਣੀ ਨਥੇ ਇਹ ਤੂੰ ਕਰਨ ਜਾਣਾ ਗਾ, ਉਹ ਤੁਰ ਪੈਣਾ ਗਾ ਰੋ ਜੀ ਯਾਰ, ਕੋਈ ਯਾਰ ਬਾਈ ਗੱਲ ਹੈ ਯਾਰ ਕੋਈ, ਇਹ ਹੈ ਕੀ ਕਰਨਾ, ਕੈਂਪਰ ਹੈਗਾ ਤੇਗਾ ਕੈਂਪਰੀਆਂ ਓਏ ਕੈਂਪਰੀਆਂ ਦੱਸ ਕੀ ਵਿਆਹ ਖੜਾ ਗਾ, ਲੋਹਰਾਂ ਹੀ ਪਾਈ ਫਿਰਿਆ ਕਰ, ਕੁਛ ਨਹੀਂ ਹੁੰਦਾ, ਕੈਂਪਰੀਆਂ ਦਾ ਹੁਣ ਤਾਂ ਸਿਆਲ ਆ ਗਿਆ, ਇਹ ਤਾਂ ਲਾਵਾਂਗੇ ਹੁਣ, ਉਧਰੋਂ ਲੈ ਜੀ ਮੋਟਰਸਾਈਕਲ, ਉਧਰੋਂ ਲੈ ਜੀ ਜਿੱਦਾਂ ਜਮੀ ਕੰਮ ਖੜਾ ਤਾਂ ਮੈਂ ਉਹ ਲੈ ਲਓ, ਮੈਂ ਬੜਾ ਲੇਟ ਹੋ ਜੂੰ, ਉਦੋਂ ਤਾਂ ਦੁੱਧ ਪਾ ਕੇ ਆਉਣਾ ਹੁੰਦਾ, ਨਾਲੇ ਉਹਦੇ ਦਾਲ ਸਬਜ਼ੀਆਂ ਲਿਆਉਣੀਆਂ ਹੁੰਦੀਆਂ, ਉੱਧਰ ਮੋਟਰਸਾਈਕਲ ਚਾਹੀਦਾ ਹੁੰਦਾ, ਤੂੰ ਨਾ ਆਇਆ ਕੱਲ ਨੂੰ ਬਾਗ ਜੀ, ਚੰਗਾ ਬਜ ਕੇ 55 ਮਿੰਟ ਅਤੇ ਨੌਜਵਾਨ ਲਾਈਟ ਪਹੁੰਚਣ ਤੋਂ ਪਹਿਲਾਂ ਖੇਤ ਪਹੁੰਚ ਗਿਆ, ਅਤੇ ਕੱਖ ਪੱਟਣ ਦੇ ਐਤਕੀ ਨੌਜਵਾਨਾਂ ਨੇ ਸੋਹਣੀ ਝੁੱਟੀ ਲਾਈ ਸੀ ਮਾਇਆ ਦੇ ਗੱਗੂ,
ਬਸ ਜਿੱਥੇ ਕੱਖ ਦਿਖ ਜਾਂਦਾ ਸੀਗਾ ਉੱਥੇ ਵਗ ਜਾਂਦੇ ਸੀ ਇਕੱਲੇ ਹੀ ਭਾਵੇਂ ਖੜ੍ਹਾ ਹੁੰਦਾ ਲਹਿਦਾ ਕੱਖ ਅਤੇ ਦੇਖਣ ਨੂੰ ਜਮਾ ਐਨ ਇੱਕ ਕੱਖ ਨਹੀਂ ਗਾ ਕਿਤੇ ਸਾਰੇ ਝੋਨੇ 'ਚ ਕਿਤੇ ਵੀ ਅਤੇ ਕੰਮ ਜਮਾ ਰਾਜੀ ਖੁਸ਼ੀ ਹੈ ਅਤੇ ਕਰਦੇ ਹਨ ਇਹ ਆਪਣੇ ਵਰਕ ਤੋਂ ਪੂਰੇ ਖੁਸ਼ ਸੀ ਕਿ ਨੌਜਵਾਨਾਂ ਨੇ ਸੋਹਣੀ ਡਿਊਟੀ ਲਾਈ ਆ ਰਾਜੀ ਬਾਗੋ ਬਾਗ ਨੇ ਜਮਾ ਕਰਦੇ ਅਤੇ ਆਹ ਪੌਣਾ ਕੁ ਕਿੱਲਾ ਜਿਹਾ ਲਹਿਦਾ ਹੈਗਾ ਇਹਦੇ 'ਚ ਪਾਣੀ ਭਰ ਕੇ ਉਦੋਂ ਬਾਅਦ ਇੱਧਰ ਥੱਲੇ ਛੱਡ ਜੂੰਗਾ ਅਤੇ ਆਪੇ ਪੈਂਦਾ ਰਹੂਗਾ ਰਾਤ ਨੂੰ ਇੱਕ ਸਾਡੇ ਬਾਹਣ ਦੇ ਵਿਚਾਲੇ ਨਾ ਆਹ ਵੱਟ ਆ ਜਿਹਦੇ 'ਤੇ ਅਸੀਂ ਰੋਜ਼ ਤੁਰਦੇ ਹਾਂ ਜਾਂ ਇੱਧਰ ਦੀ ਮੋਟਰਸਾਈਕਲ ਖੜ੍ਹਾ ਕੇ ਆਉਂਦੇ ਵੱਟੇ ਵੱਟ ਆਉਂਦੇ ਹੁੰਦੇ ਹਾਂ ਅਤੇ ਇਹਦੇ 'ਤੇ ਕੀੜਿਆਂ ਦੀ ਆਹ ਪੱਕੀ ਲੈਣ ਆ ਨਾ ਪੁੱਤਰ ਕਿੱਧਰ ਚੜ੍ਹ ਗਿਆ ਅਤੇ ਇਹਨੂੰ ਜਦੋਂ ਵੀ ਇਹ ਤੁਰਨਾ ਇਹਦੇ 'ਤੇ ਅਸੀਂ ਚੌੜੇ ਪੈਰ ਕਰਕੇ ਤੁਰਦੇ ਹੁੰਦੇ ਹਾਂ ਪਾਸਿਆਂ ਤੋਂ ਤਾਂ ਐਂ ਢਾਈ ਜਿਹੀ ਪਈ ਆ ਇਹ ਅਤੇ ਇਹ ਪੱਕੀ ਬਹੁਤ ਚਿਰ ਦੇ ਇੱਥੇ ਹੀ ਬਸ ਤੁਰਾ ਫੇਰਾ ਕਰੀ ਜਾਂਦੇ ਹੈਗੇ ਅਤੇ ਅਸੀਂ ਇਹਨੂੰ ਬੋਝ ਬਚਾ ਕੇ ਚੱਲਦੇ ਹਾਂ ਅਤੇ ਕਈ ਦਿਨ ਹੋ ਗਏ ਮੇਰੇ ਨਾਲ ਇੱਕ ਮਿੱਤਰ ਆਇਆ ਸੀ ਉਹਨੂੰ ਮਖੇ ਰਾਏ ਕੋਲ ਤੁਰਿਆ ਆਉਣਾ ਗਾ ਕਹਿੰਦਾ ਕਿਉਂ ਮਖੇ ਕੀੜੇ ਤੁਰੇ ਜਾਂਦੇ ਯਾਰ ਮਾੜਾ ਜਿਹਾ ਪੈਰ ਚੌੜਾ ਰੱਖ ਲਾ ਕਹਿੰਦਾ ਤੂੰ ਬਾਲੀ ਨਿਗਾਹ ਰੱਖਦਾ ਗਾ ਅਤੇ ਐਂ ਫਿਰ ਕੀ ਹੁੰਦਾ ਗਾ ਅਤੇ ਮਖਾਂ ਨਾ ਯਾਰ ਮਖਾਂ ਇਹ ਤਾਂ ਤਰਸ ਜਿਹਾ ਆਉਂਦਾ ਯਾਰ ਐਂ ਕਦੇ ਚੱਲੇ ਨਹੀਂ ਇਹਨਾਂ ਦੀ ਲੈਣ ਬੱਸ ਥੋੜ੍ਹੇ ਥਾਂ 'ਤੇ ਆ ਪੱਕੀ ਪੱਕੀ ਐਂ ਜਿਸ ਕੰਮ ਚੱਲ ਜਾਂਦਾ ਦੇਖ ਕੇ ਜੇ ਇਹ ਬਾਲੀ ਲੰਮੀ ਨਹੀਂ ਹੈ ਥੋੜ੍ਹੀ ਜਿਹੀ ਇੱਥੇ ਜਾ ਕੇ ਖਤਮ ਹੋ ਜਾਂਦੀ ਆ ਆ ਇਹਨਾਂ ਦੀ ਪੱਕਾ ਟਿਕਾਣਾ ਘਰ ਆ ਇਹਨਾਂ ਦਾ ਇਹ ਅਤੇ ਇੱਥੋਂ ਬਸ ਅੱਧਾ ਕੁ ਕਿੱਲਾ ਵਾਟ ਆ ਬਸ ਮਸਾਂ ਹੀ ਇਹ ਅਤੇ ਇੰਨਾ ਕੁ ਔਖਾ ਸੌਖੇ ਹੋ ਕੇ ਤੁਰ ਲੈਂਦੇ ਹੈਗੇ ਅਤੇ ਉਦੋਂ ਬਾਅਦ ਬਸ ਆਪਦਾ ਰਾਜੀ ਖੁਸ਼ੀ ਜਿਵੇਂ ਮਰਜ਼ੀ ਤੁਰੇ ਜਾਓ ਅਤੇ ਇੰਨਾ ਕੁ ਧਿਆਨ ਰੱਖਣਾ ਬਣਦਾ ਵੀ ਆ ਉਹ ਵੀ ਜੀ ਨੇ ਜੱਗ 'ਤੇ ਆਏ ਹੋਏ ਅਤੇ ਸਾਨੂੰ ਬਈ ਸਾਡੇ ਆਹ ਥਾਂ ਨਾਲ ਆਹ ਟਿਕਾਣੇ ਨਾਲ ਬਹੁਤ ਮੋਹ ਆ ਅਤੇ ਸਾਰੀ ਗਰਮੀ ਦੁਪਹਿਰਾ ਘੰਟਾ ਰੂੜ ਘੰਟਾ ਅਸੀਂ ਇੱਥੇ ਢਾਲਦੇ ਰਹੇ ਹਾਂ ਮੈਂ ਅਤੇ ਗੱਗੂ ਅਤੇ ਦੋਨੇ ਮੰਜੇ ਇੱਥੇ ਖਾਲ 'ਤੇ ਡਾਹ ਲੈਂਦੇ ਸੀਗੇ ਟੇਢੇ ਵਿੰਗੇ ਕਰਕੇ ਅਤੇ ਜਦੋਂ ਇੱਥੇ ਆਉਂਦੇ ਹਾਂ ਹੁਣ ਬੜਾ ਮਨ ਲੱਗਦਾ ਗਾ ਹੁਣ ਜਿੰਨਾ ਚਿਰ ਆਹ ਕਿੱਲਾ ਨਹੀਂ ਭਰਦਾ ਉਹਨਾਂ ਚਿਰ ਇੱਥੇ ਆਰਾਮ ਫਰਮਾਏਗੇ ਆਰਾਮਦਾਇਕ ਚੈੱਕ 6:26 ਦਾ ਸਮਾਂ ਅਤੇ ਥੱਲੜੇ ਚੌਲਾਂ 'ਚ ਪਾਣੀ ਛੱਡ ਲਿਆ ਅਤੇ ਹੁਣ ਅਰਦਾਸ ਘਰਾਂ ਨੂੰ ਵਾਪਸ ਪਰਤਣਗੇ ਅਤੇ ਇਸੇ ਦੇ ਨਾਲ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਕਰਦੇ ਹਾਂ ਅਤੇ ਇੰਨਾ ਕੁ ਸੀ ਆਪਣਾ ਅੱਜ ਦਾ ਦਿਨ ਚਾਰਾ ਜਾ ਕੇ ਵੀ ਐਂ ਤਾਂ ਕੰਮ ਜਾਰੀ ਰਹੂਗਾ ਬਸ ਕਦੇ ਕਦੇ ਵੇਲੇ ਸਿਰ ਸਮਾਪਤੀ ਕਰ ਦਿੰਦੇ ਹਾਂ ਅਤੇ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਤੁਸੀਂ ਸਮਾਂ ਕੱਢ ਕੇ ਸਾਨੂੰ ਪਰਿਵਾਰਾਂ ਸਮੇਤ ਬੈਠ ਕੇ ਸਾਡੀ ਵੀਡੀਓ ਵੇਖਦੇ ਹਾਂ ਅਤੇ ਸਪੋਰਟ ਕਰ ਦਿਓ ਲਾਈਕ ਵਾਲੀ ਸ਼ੇਅਰ ਵਾਲੀ ਵੀ ਕਰ ਦਿਓ ਹੋ ਸਕਦਾ ਤਾਂ ਆਪਣੇ ਇੱਕ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਜ਼ਰੂਰ
ਭੇਜ ਦਿਆ ਕਰੋ ਕਿ ਸਾਫ਼ ਸੁਥਰੀ ਗੱਲਬਾਤ ਹੁੰਦੀ ਆ ਆਪਣੇ ਪਿੰਡਾਂ ਵਾਲੀ। ਅਤੇ ਮਿਲਦੇ ਹਾਂ ਕੱਲ੍ਹ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ, ਜੁੜੇ ਰਹੋ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।